ਸ੍ਰੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁੱਡ ਮਾਰਨਿੰਗ ਗੁੱਡ ਆਫਟਰਨੂਨ ਵੇਅਰ ਐਵਰ ਯੂ ਆਰ ਇਨ ਦਾ ਵਰਲਡ ਅੱਜ ਜਿਹੜਾ ਭਈ ਅਸੀਂ ਦੇਖਦੇ ਭਈ 2020 ਇੱਕ ਕਿੱਦਾਂ ਅਨੋਖਾ ਜਿਹਾ ਅਤੇ ਇੱਕ ਅਜੀਬ ਜਿਹਾ ਸਾਲ ਨਿਕਲ ਗਿਆ ਸੋ ਕਦੀ ਸੋਚਿਆ ਨਹੀਂ ਸੀ ਕਿਸੇ ਨੇ ਭਈ 2020 ਜਿੱਦਾਂ ਭਈ ਆ ਜਿਹੜੀ ਕੋਵਿਡ ਦੀ ਬਿਮਾਰੀ ਆ ਭਈ ਸਾਰੀ ਦੁਨੀਆ ਢਾਲੂਗੀ ਸਾਰਿਆਂ ਨੇ ਸਾਲ ਪਹਿਲਾਂ ਅੱਜ ਤੋਂ ਲਾ ਕੇ ਸਾਲ ਪਹਿਲਾਂ ਮਗਰੋਂ ਵੱਡੇ ਵੱਡੇ ਪਲੈਨ ਬਣਾ ਲਏ ਅਗਲੇ ਸਾਲ ਕੀ ਕਰਨਾ ਕੀ ਨਹੀਂ ਕਰਨਾ ਕਿੱਥੇ ਜਾਣਾ ਕਿਹੜੀ ਬਿਜ਼ਨਸ ਕਰਨੀ ਕਿਹੜੇ ਦੇਸ਼ਾਂ ਪ੍ਰਦੇਸ਼ਾਂ ਜਾਣਾ ਅਤੇ ਕੋਵਿਡ ਆਈ ਅਤੇ ਕੁਦਰਤ ਨੇ ਰੱਬ ਦੇ ਰੰਗ ਦੇਖ ਲਓ ਭਈ ਸਾਰੀ ਦੁਨੀਆ ਹੀ ਬੰਦ ਕਰ ਦਿੱਤੀ ਸੋ ਕਈ ਵਾਰੀ ਅਸੀਂ ਆਪਣੇ ਇਨਸਾਨੀਅਤ ਤੌਰ 'ਤੇ ਪਲੈਨ ਬਣਾਉਂਦੇ ਹਾਂ ਪਰ ਅਸੀਂ ਭੁੱਲ ਜਾਂਦੇ ਭਈ ਸਾਡੇ ਪਲੈਨ ਉੱਪਰੋਂ ਲਿਖੇ ਜਾਂਦੇ ਆ ਸਾਡੇ ਹੱਥ ਦੇ ਵਿੱਚ ਕੰਟਰੋਲ ਦੇ ਵਿੱਚ ਕੋਈ ਚੀਜ਼ ਨਹੀਂ ਸੋ ਇਹ ਕੋਵਿਡ ਦੇ ਵਿੱਚ ਇੱਕ ਬਹੁਤ ਵੱਡੀ ਚੈਲੰਜ ਆਈ ਸੀ ਖਾਲਸਾ ਏਡ ਨੂੰ ਵੀ ਸਾਰੀ ਦੁਨੀਆ ਨੂੰ ਵੀ ਤੁਹਾਨੂੰ ਵੀ ਤਾਂ ਮੇਨ ਗੱਲ ਇਹ 'ਚ ਆਈ ਸੀਗੀ ਭਈ ਜਦੋਂ ਕੋਵਿਡ ਸ਼ੁਰੂ ਹੋਇਆ ਸੀਗਾ ਅਤੇ ਸਾਡੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਦੇਸ਼ਾਂ ਪ੍ਰਦੇਸ਼ਾਂ 'ਚ ਬੈਠੇ ਸੀਗੇ ਉਹਨਾਂ ਨੇ ਬਹੁਤ ਅਪਰੋਚ ਕੀਤੀ ਆਪਣੀ ਐਮਬਸੀਆਂ ਨੂੰ ਇੰਡੀਆ ਦੇ ਐਮਬਸੀਆਂ ਨੂੰ ਸਾਰੇ ਪਾਸੇ ਅਫਿਸ਼ਲਾਂ ਨੂੰ ਮਦਦ ਲਈ ਅਤੇ ਉੱਧਰੋਂ ਫਲਾਈਟਾਂ ਵੀ ਗਈਆਂ ਇੰਡੀਆ ਨੂੰ ਕੋਸ਼ਿਸ਼ ਕੀਤੀ ਗਈ ਆ ਪਰ ਸਟੂਡੈਂਟ ਬਹੁਤ ਸੀਗੇ ਸੋ ਜਿਹੜਾ ਖਾਣ ਪੀਣ ਦਾ ਅਰੇਂਜਮੈਂਟ ਭਈ ਜਿਹੜੇ ਸਟੂਡੈਂਟ ਆ ਆਸਟ੍ਰੇਲੀਆ ਕਨੇਡਾ UK USA ਅਤੇ ਫਿਰ ਸਾਨੂੰ ਆ ਗਏ ਖੋਲਸ ਆ ਗਈਆਂ UK ਵਿੱਚ ਆ ਗਈਆਂ ਭਈ ਜਿਹੜੇ ਸਟੂਡੈਂਟ ਰਸ਼ੀਆ ਵਿੱਚ ਆ ਯੂਕਰੇਨ ਵਿੱਚ ਆ ਸਾਈਪਰਸ ਵਿੱਚ ਆ ਉਹਨਾਂ ਦਾ ਵੀ ਸੋਚਣਾ ਪੈਣਾ ਫਿਰ ਇੱਥੋਂ ਸਾਡੇ ਗੁਰਪ੍ਰੀਤ ਸਿੰਘ ਹੋਣੀ ਆ ਇੱਥੇ ਗੁਰਸੇਵਕ ਕਹਿੰਦੇ ਉਹਨਾਂ ਨੂੰ ਉਹਨਾਂ ਨੇ ਫਿਰ ਅਰੇਂਜ ਕੀਤਾ ਸਾਰਾ ਕੋਆਰਡੀਨੇਸ਼ਨ ਭਈ UK ਤੋਂ ਅਸੀਂ ਫੰਡਿੰਗ ਭੇਜੀ ਆ ਅਤੇ ਖਾਣਾ ਖਰੀਦਣ ਲਈ ਖਾਣਾ ਖਰੀਦ ਕੇ ਡਿਸਟ੍ਰੀਬਿਊਟ ਕੀਤਾ ਗਿਆ ਰਸ਼ੀਆ ਵਿੱਚ ਆਪਣੀ ਇੰਟਰਨੈਸ਼ਨਲ ਸਟੂਡੈਂਟ ਨੂੰ ਸਾਈਪਰਸ ਯੂਕਰੇਨ ਪਰੂ ਇੱਕ ਦੇਸ਼ ਉੱਥੇ ਵੀ ਖਾਣਾ ਪੀਣਾ ਗਿਆ ਅਤੇ ਇੱਥੋਂ ਆਸਟ੍ਰੇਲੀਆ 'ਤੇ ਵੀ ਜਿਹੜੇ ਇੰਟਰਨੈਸ਼ਨਲ ਸਟੂਡੈਂਟ ਫੰਡਿੰਗ ਹੋਈ UK ਤੋਂ ਫੰਡਿੰਗ ਭੇਜੀ ਗਈ ਉੱਥੇ ਇਹ ਜਿਹੜੇ ਸਪਲਾਇਰ ਆ ਖਾਣਾ ਖਰੀਦ ਕੇ ਉਹਦੀ ਮਦਦ ਕੀਤੀ ਗਈ ਆ ਅਤੇ ਨਾਲੋਂ ਨਾਲ ਜਿਹੜੇ ਆਸਟ੍ਰੇਲੀਆ ਦੇ ਬਹੁਤ ਵੱਡੇ ਬਿਜ਼ਨਸ ਪੀਪਲ ਆ ਨਿੱਕੇ ਵੀ ਦੁਕਾਨ ਵਾਲੇ ਜਿਹੜੇ ਕੋਈ ਮਠਿਆਈ ਦੁਕਾਨ ਹੋਵੇ ਜਾਂ ਕੋਈ ਆਟੇ ਵਾਲਾ ਗਰੋਸਰੀ ਸ਼ੋਪ ਹੋਵੇ ਉਹਨਾਂ ਦੀ ਬਹੁਤ ਖਾਲਸਾ ਏਡ ਦੀ ਮਦਦ ਕੀਤੀ ਉੱਥੇ ਬਹੁਤ ਡੋਨੇਸ਼ਨ ਦਿੱਤੀ ਖਾਣ ਪੀਣ ਦੀ ਸੋ ਰਲ ਮਿਲ ਕੇ ਇਹ ਸਾਲ ਮਸੀਂ ਮੇਰਾ ਖਿਆਲ ਨਿਕਲਿਆ ਬਹੁਤ ਹੀ ਦੁੱਖਾਂ ਵਾਲਾ ਸਾਲ ਕਈ ਮੌਤਾਂ ਹੋਈਆਂ ਮੌਤਾਂ ਹੋ ਵੀ ਰਹੀਆਂ ਹੁਣ ਵੀ ਦੁਨੀਆ ਬਿਲਕੁਲ ਸਾਰੇ ਪਾਸੇ ਬੰਦ ਆ ਇੰਗਲੈਂਡ ਦੇ ਵਿੱਚ ਤਾਂ ਇੰਟਰਨੈਸ਼ਨਲ ਫਲਾਈਟਾਂ ਬਹੁਤ ਘੱਟ ਜਾ ਰਹੀਆਂ ਹੁਣ ਕੋਈ ਨਵੀਂ ਜਿਹੀ ਇੱਕ ਨਵੀਂ ਹੁਣ ਵਾਇਰਸ ਸ਼ੁਰੂ ਹੋ ਗਈ ਆ ਜਿਹੜੀ ਉਹਨਾਂ ਨਾਲ ਰਿਲੇਟਿਡ ਆ ਕੋਵਿਡ ਦੇ ਨਾਲ ਸੋ ਇਹ ਜਿਹੜੀ ਹਨੇਰੀ ਦੇ ਵਿੱਚੋਂ ਮੈਂ ਇਹੀ ਕਹਿਣਾ ਚਾਹੁੰਦਾ ਹਨੇਰੀ ਦੇ ਵਿੱਚੋਂ ਇੰਨੀ ਹਨੇਰੀ ਆਈ ਆ ਅਤੇ ਹਨੇਰੀ ਦੇ ਵਿੱਚੋਂ ਇੱਕ ਇਨਸਾਨੀਅਤ ਪੈਦਾ ਹੋਈ ਆ ਅਤੇ ਜਿਹਦੇ ਵਿੱਚ ਕਈ ਜਿਹੜੀ ਸੰਗਤ ਆ ਸੋਚਿਆ ਨਹੀਂ ਸੀਗਾ ਭਈ ਇੱਕ ਦੂਜੇ ਦੀ ਮਦਦ ਕਰਾਂਗੇ ਸੋਚਿਆ ਨਹੀਂ ਸੀਗਾ ਭਈ ਅਸੀਂ ਇੱਕ ਦੂਜੇ ਨਾਲ ਖੜ੍ਹੇ ਹੋਵਾਂਗੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਆ ਇਹਨਾਂ ਨੇ ਇਹ ਨਹੀਂ ਕਿਹਾ ਭਈ ਸਾਨੂੰ ਪੰਜਾਬੀਆਂ ਨੂੰ ਖਾਣਾ ਭੇਜਿਆ ਜਿੱਥੇ ਰਸ਼ੀਆ ਜਾਂ ਯੂਕਰੇਨ ਜਾਂ ਸਾਈਪਰਸ ਇਹਨਾਂ ਨੇ ਦੂਜੇ ਜਿਹੜੇ ਭਈ ਦੇਸ਼ਾਂ ਪ੍ਰਦੇਸ਼ਾਂ 'ਚ ਆਏ ਹੋ ਆ ਬੰਗਲਾਦੇਸ਼ ਪਾਕਿਸਤਾਨ ਤੋਂ ਉਹ ਵੀ ਆਏ ਹੋ ਉਹਨਾਂ ਨਾਲ ਵੀ ਵੰਡ ਕੇ ਛਕਿਆ ਇਹੀ ਮਤਲਬ ਸੀਗਾ ਵੰਡ ਕੇ ਛਕਣ ਦਾ ਸਰਬੱਤੇ ਭਲੇ ਦਾ ਸੋ ਹਨੇਰੀ ਵਿੱਚੋਂ ਇੱਕ ਇਨਸਾਨੀਅਤ ਪੈਦਾ ਹੋਈ ਇਹ ਇਨਸਾਨੀਅਤ ਆ ਇਹ ਜਿਹੜੇ ਸਾਡੇ ਸੇਵਾਦਾਰ ਦੁਨੀਆ ਦੇ ਵਿੱਚ ਆ ਜਾਂ ਆਸਟ੍ਰੇਲੀਆ ਹੋਣ ਜਾਂ ਕਨੇਡਾ ਹੋਣ ਅਤੇ ਜਾਂ UK ਜਾਂ ਜਿੱਥੇ ਵੀ ਦੁਨੀਆ 'ਚ ਹੋਣ ਇਹ ਸਾਡੇ ਸੇਵਾਦਾਰਾਂ ਨੇ ਸਾਰਾ ਕੁਛ ਕੀਤਾ ਮੋਹਰੇ ਹੁਣ ਵੀ ਜਿੱਥੇ ਕਿਸਾਨ ਦਾ ਮੋਰਚਾ ਲੱਗਾ ਆ ਸਾਰਾ ਕੁਛ ਸੇਵਾ ਜਿਹੜੇ ਵੋਲੰਟੀਅਰ ਆ ਸੇਵਾਦਾਰ ਉਹਦੇ ਸਿਰ 'ਤੇ ਚੱਲਦਾ ਅਸੀਂ ਸੇਵਾਦਾਰ ਤੋਂ ਬਗੈਰ ਕੁਛ ਨਹੀਂ ਕਰ ਸਕਦੇ ਸਾਡੇ ਸੇਵਾਦਾਰ ਸਾਡੇ ਐਕਚੁਲੀ ਹੀਰੋ ਆ ਕਿਉਂਕਿ ਸਾਰੀ ਦੁਨੀਆ ਵਿੱਚ ਜਿਹੜਾ ਚੱਲਦਾ ਕੰਮ ਜਿੱਥੇ ਵੀ ਹੋਵੇ ਕਨੇਡਾ ਵੀ ਹੋਵੇ ਅਮਰੀਕਾ ਹੋਵੇ ਹੁਣ ਇੱਥੇ ਜਿੱਥੇ ਕਿਸਾਨ ਮੋਰਚਾ ਲੱਗਾ ਸਾਰੇ ਸੇਵਾਦਾਰ ਮੋਰਚੇ ਲੱਗੇ ਹੋਆ ਸੋ ਸਾਡੀ ਇਹੀ ਬੇਨਤੀ ਆ ਵੀ ਉਸ ਵੇਲੇ ਧਾਨਾ ਤੁਹਾਡੇ ਬੱਚਿਆਂ ਦਾ ਜਿੱਥੇ ਤੁਹਾਡੇ ਬੱਚੇ ਸੀ ਦੇਸ਼ਾਂ ਪ੍ਰਦੇਸ਼ਾਂ 'ਚ ਖਾਲਸਾ ਧਾਨਾ ਖੜ੍ਹੀ ਹੋਈ ਉਸ ਵੇਲੇ
ਸੋ ਮੇਰੀ ਇਹੀ ਰਿਕੁਐਸਟ ਆ ਜਿਹੜੇ ਜਿਹੜੇ ਬੱਚੇ ਹਜ਼ਾਰਾਂ ਤੋਂ ਹਜ਼ਾਰ ਬੱਚੇ ਦੀ ਮਦਦ ਕੀਤੀ ਗਈ ਆ ਉਹ ਹਜ਼ਾਰਾਂ ਤੋਂ ਹਜ਼ਾਰ ਪਰਿਵਾਰ ਆ ਅਤੇ ਜਿਹੜਾ ਨਵਾਂ ਸਾਲ ਆਉਣਾ ਤੁਸੀਂ ਇਹਦੇ ਵਿੱਚ ਇਹੀ ਰੱਖਣਾ ਚੇਤਾ ਵੀ ਇਨਸਾਨੀਅਤ ਕੀ ਆ ਕਿਉਂਕਿ ਅਸੀਂ ਤਾਂ ਜਿੰਨੀ ਮਰਜ਼ੀ ਇਨਸਾਨੀਅਤ ਦੀ ਗੱਲ ਕਰ ਲਈਏ ਪਰ ਜੇ ਅਸੀਂ ਇਨਸਾਨੀਅਤ ਆਪਣੀ ਕਮਿਊਨਿਟੀ ਵਿੱਚ ਆਪਣੇ ਦੇਸ਼ਾਂ ਪ੍ਰਦੇਸ਼ਾਂ ਵਿੱਚ ਆਪਣੇ ਘਰ ਆਪਣੇ ਇਲਾਕੇ ਆਪਣੇ ਕਹਿ ਲਓ ਡਿਸਟ੍ਰਿਕਟ ਵਿੱਚ ਚੇਂਜ ਕਰਨੀ ਹੋਵੇ ਪਹਿਲਾਂ ਅਸੀਂ ਕਦਮ ਚੱਕਣ ਸਾਨੂੰ ਆਪਾਂ ਕਦਮ ਚੱਕਣਾ ਪੈਣਾ ਆ ਜਿਹੜਾ ਹੁਣ ਮੋਰਚਾ ਲੱਗਾ ਆ ਦਿੱਲੀ ਦੇ ਵਿੱਚ ਇਹਦੇ ਵਿੱਚ ਇੱਕ ਬਹੁਤ ਸੀਨੀਅਰ ਇੰਡੀਅਨ ਹਿੰਦੂ ਫੋਟੋਗ੍ਰਾਫਰ ਗਿਆ ਪਿਛਲੇ ਹਫ਼ਤੇ ਅਤੇ ਉਹ ਕਹਿੰਦਾ ਇਹ ਇਹਨੂੰ ਕਹਿੰਦੇ ਆ ਭਈ ਅਸਲੀ ਇਨਸਾਨੀਅਤ ਇੱਕ ਪਾਸੇ ਹਰਿਆਣਵੀ ਬੰਦਾ ਹੁੱਕਾ ਪੀ ਰਿਹਾ ਦੂਜੇ ਪਾਸੇ ਇਹ ਬੈਠੇ ਚਾਹ ਪੀ ਰਿਹਾ ਖਾਲਸਾ ਜੀ ਦੂਜੇ ਪਾਸੇ ਮੁਸਲਮਾਨ ਭਾਈ ਕੋਈ ਜਲੇਬੀ ਬਣਾ ਰਹੇ ਆ ਸੋ ਇਹ ਇਨਸਾਨੀਅਤ ਜਦੋਂ ਵੀ ਕਦੋਂ ਵੀ ਤੁਸੀਂ ਕਦਮ ਚੱਕੋਗੇ ਆਪਣੇ ਇਲਾਕੇ ਵਿੱਚ ਇਹ ਬਿਲਕੁਲ ਇੱਕ ਕਦਮ ਚੱਕਣ 'ਤੇ ਤੁਹਾਨੂੰ 10 ਬੰਦੇ ਤੁਹਾਨੂੰ ਜੁੜੂਗੇ ਪਹਿਲਾਂ ਕਦਮ ਤੁਸੀਂ ਚੱਕੋ ਜਿਹੜਾ 2020 ਆ ਬਹੁਤ ਹੀ ਅਨੋਖਾ ਜਿਹਾ ਅਜੀਬ ਜਿਹਾ ਸਾਲ ਸੀਗਾ ਹੁਣ ਦੇਖੋ ਆਹ ਸਾਲ ਦੇ ਐਂਡ ਦੇ ਵਿੱਚ ਮੋਰਚਾ ਕਿੰਨਾ ਭਾਰਾ ਲੱਗ ਗਿਆ ਦਿੱਲੀ ਦੇ ਬੋਰਡਰਾਂ ਦੇ ਵਿੱਚ ਕਦੀ ਸੋਚਿਆ ਨਹੀਂ ਕਿਸੇ ਨੇ ਭਈ ਇਹ ਚੀਜ਼ ਕਦੀ ਹੋਊਗੀ ਕੋਈ ਕਰ ਨਹੀਂ ਸਕਿਆ ਇਹ ਕਿਨ ਕੀਤਾ ਲੋਕਾਂ ਨੇ ਕੀਤਾ ਤੁਸੀਂ ਕੀਤਾ ਆਮ ਪਬਲਿਕ ਨੇ ਸੋ ਸਾਡਾ ਜਿਹੜਾ ਮੈਸੇਜ ਆ 2021 ਵਿੱਚ ਆ ਵੀ ਜਿੰਨੀ ਮਰਜ਼ੀ ਨਫ਼ਰਤ 'ਚ ਸਾਨੂੰ ਕੋਈ ਕਰੇ ਜਿੰਨੀ ਮਰਜ਼ੀ ਨਫ਼ਰਤ ਸਾਨੂੰ ਕਰਦਾ ਆ ਜਿੰਨੇ ਮਰਜ਼ੀ ਕੋਈ ਸਾਨੂੰ ਧੱਕੇ ਮਾਰਦੇ ਸਾਡੀ ਜਿਹੜੀ ਸਾਡਾ ਸਿੱਖਾਂ ਦਾ ਸਪੈਸ਼ਲੀ ਇਤਿਹਾਸ ਜਿਹੜਾ ਆ ਬਹੁਤ ਧੱਕਾਬਾਜ਼ੀ ਹੋਈ ਆ ਧੱਕਾਬਾਜ਼ੀ ਹੁੰਦੀ ਰਹੀ ਆ ਪਿਛਲੇ 35-40 ਸਾਲ 'ਚ ਬਹੁਤ ਵੀ ਹੋਇਆ ਬਹੁਤ ਕੁਛ ਹੋਇਆ ਪਰ ਅਸੀਂ ਲੰਗਰ ਨਹੀਂ ਬੰਦ ਕੀਤੇ ਆਪਣੇ ਦਿਲ ਨਹੀਂ ਬੰਦ ਕੀਤੇ ਦਿਲ ਖੁੱਲ੍ਹੇ ਲੰਗਰ ਖੁੱਲ੍ਹੇ ਕਿਉਂਕਿ ਗੁਰੂ ਸਾਹਿਬ ਨੇ ਇਹ ਨਹੀਂ ਕਿਹਾ ਵੀ ਸਾਰੇ ਨਫ਼ਰਤ ਕਰਨੀ ਸਰਬੱਤੇ ਭਲੇ ਦਾ ਜਿਹੜਾ ਇੱਕ ਬਹੁਤ ਵੱਡਾ ਜਿਹੜਾ ਸੁਨੇਹਾ ਆ ਭਈ ਇਹ ਜਿਹੜਾ ਸੁਨੇਹਾ ਜੇ ਤੁਸੀਂ ਕਹਿੰਦੇ ਭਈ ਦੁਨੀਆ ਕਿੱਦਾਂ ਬਦਲੂਗੀ ਦੁਨੀਆ 'ਚ ਕਿੰਨੀ ਨਫ਼ਰਤ ਆ ਜਿਹੜਾ ਸਰਬੱਤੇ ਭਲੇ ਦਾ ਮੈਸੇਜ ਆ ਜਿਹੜਾ ਸੁਨੇਹਾ ਆ ਇਹਨਾਂ ਦੁਨੀਆ ਬਦਲ ਰਹੀ ਆ ਅੱਜ ਹੀ ਸਵੇਰੇ ਮੇਰੀ ਇੱਕ ਇੰਡੀਅਨ ਰਿਪੋਰਟਰ ਨਾਲ ਗੱਲ ਚੱਲਦੀ ਸੀਗੀ ਅਤੇ ਕਹਿੰਦੇ ਸੀ ਵੀ ਤੁਸੀਂ ਕਿਉਂ ਕਰਦੇ ਆ ਇਹ ਜਿਹੜੇ ਭਈ ਜਿਹੜੇ ਉੱਥੇ ਲੰਗਰ ਚੱਲਦੇ ਆ ਜਾਂ ਬਾਹਰ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਅਸੀਂ ਇਹੀ ਜਵਾਬ ਦਿੱਤਾ ਵੀ ਸਾਡੇ ਗੁਰੂ ਸਾਹਿਬ ਜਿਹੜਾ ਕੋਈ ਸਾਡੇ ਉੱਪਰ ਜ਼ੁਲਮ ਕਰਦਾ ਸਰਕਾਰ ਹੋਵੇ ਕੋਈ ਮੁਗਲ ਹੋਣ ਜਾਂ ਕੋਈ ਅਫਗਾਨੀ ਹੋਣ ਜਿਹੜੇ ਕੋਈ ਰਾਜੇ ਹੋਣ ਇਹਦਾ ਮਤਲਬ ਵੀ ਭਈ ਸਾਰੇ ਬੰਦੇ ਸਾਰੇ ਧਰਮ ਹੀ ਖਰਾਬ ਆ ਹਰ ਵਾਰੀ 24 ਘੰਟੇ ਸਾਡੇ ਦਿਲ 'ਚ ਇਹ ਵੱਸਦਾ ਸਰਬੱਤ ਦਾ ਭਲਾ ਵੰਡ ਕੇ ਛਕਣਾ ਕਿਉਂਕਿ ਜੇ ਅਸੀਂ ਇਸ ਸਰਬੱਤੇ ਭਲੇ ਨੂੰ ਨਫ਼ਰਤ ਦੇਖ ਕੇ ਪਿੱਛੇ ਹਟ ਗਏ ਅਸੀਂ ਵੀ ਉਹ ਹੀ ਬੰਦੇ ਬਣ ਜਾਣਾ ਜਿਹੜੇ ਨਫ਼ਰਤ ਕਰਦੇ ਆ ਹੁਣ ਤੁਸੀਂ ਆਪ ਦੇਖਿਆ ਸਾਡੇ ਖਿਲਾਫ਼ ਕਿੰਨੇ ਝੂਠ ਬੋਲ ਰਹੇ ਆ ਨਫ਼ਰਤ ਸਾਡੇ ਖਿਲਾਫ਼ ਪੈਦਾ ਹੋ ਰਹੀ ਆ ਜਿਹੜੇ ਭਈ ਲੋਕ ਨਫ਼ਰਤ 'ਚ ਆਪ ਡੁੱਬੇ ਹੋ ਆ ਜੇ ਤੁਸੀਂ ਵੀ ਨਫ਼ਰਤ ਕਰਨ ਲੱਗ ਪਏ ਜੇ ਅਸੀਂ ਵੀ ਉਹਨਾਂ ਨੂੰ ਨਫ਼ਰਤ ਕਰਨ ਲੱਗ ਪਏ ਅੱਜ ਮੈਂ ਚੈਲੰਜ ਕਰਦਾ ਉਹਨਾਂ ਨੂੰ ਜਿਹੜੇ ਸਾਡੇ ਖਿਲਾਫ਼ ਮੀਡੀਆ ਬੋਲਦੇ ਜਾਂ ਜ਼ੀ ਨਿਊਜ਼ ਹੋਵੇ ਹੋਰ ਵੀ ਹੋਵੇ ਭਈ ਦੱਸੋ ਤੁਹਾਨੂੰ ਕਿੱਥੇ ਮਿਲਣਾ ਬਹਿ ਕੇ ਬੈਠੋ ਆਓ ਲੰਗਰ ਛਕੀਏ ਅਤੇ ਦੱਸੋ ਸਾਨੂੰ ਅਸੀਂ ਕੀ ਗਲਤ ਕਰਦੇ ਹਾਂ ਕਿਉਂਕਿ ਉਹ ਚਾਹੁੰਦੇ ਆ ਵੀ ਅਸੀਂ ਵੀ ਜੇ ਸਾਨੂੰ ਕੋਈ ਇੱਕ ਗਾਲ ਕੱਢੇ ਅਤੇ ਅਸੀਂ 2 ਗਾਲਾਂ ਕੱਢੀਏ ਮੈਂ ਪਹਿਲਾਂ ਵੀ ਇਹ ਕਿਹਾ ਸੀਗਾ ਅਸੀਂ ਇੱਦਾਂ ਦੇ ਬੰਦੇ ਨਹੀਂ ਬਣਨਾ ਅਸੀਂ ਇੱਦਾਂ ਦੀ ਜ਼ਹਿਰ ਦੇ ਵਿੱਚ ਨਹੀਂ ਪੈਣਾ ਅਸੀਂ ਨਫ਼ਰਤ ਨਹੀਂ ਪੈਣਾ ਜਦੋਂ ਬੰਦਾ ਨਫ਼ਰਤ 'ਚ ਜ਼ਹਿਰ 'ਚ ਪੈ ਜਾਂਦਾ ਉਹ ਬੰਦਾ ਉਹ ਜ਼ਹਿਰ 'ਚ ਡੁੱਬ ਜਾਂਦਾ ਜਿਹੜੇ ਸਾਡੇ ਨੂੰ ਖਿਲਾਫ਼ ਬੋਲਦੇ ਆ ਉਹ ਕਈ ਲੋਕਾਂ ਦੇ ਖਿਲਾਫ਼ ਬੋਲਦੇ ਆ ਉਹ ਜ਼ਹਿਰ 'ਚ ਡੁੱਬੇ ਪਏ ਆ ਨਫ਼ਰਤ 'ਚ ਡੁੱਬੇ ਪਏ ਆ 24 ਘੰਟੇ ਦਿਲ 'ਚ ਨਫ਼ਰਤ ਆ ਇਹ ਕੋਈ ਜੀਣਾ ਨਹੀਂ ਹੁੰਦਾ ਇਹ ਤਾਂ ਬੰਦਾ ਕੀ ਕਹਿੰਦੇ ਹੁੰਦੇ ਆ ਉਹਦੀ ਜ਼ਮੀਰ ਮਰੀ ਹੁੰਦੀ ਆ ਇਨਸਾਨੀਅਤ ਮਰੀ ਹੁੰਦੀ ਆ ਅਤੇ ਖਾਲਸੇ ਦੀ ਸਿੱਖਾਂ ਦੀ ਪੰਜਾਬੀਆਂ ਦੀ ਇਨਸਾਨੀਅਤ ਕਦੀ ਮਰ ਸਕਦੀ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਅਸੀਂ ਨਫ਼ਰਤ 'ਚ ਨਹੀਂ ਰਹਿਣਾ ਇਹ ਮੇਰਾ ਮੈਸੇਜ ਆ ਵੀ 2021 ਦੇ ਵਿੱਚ ਤੁਹਾਡੇ ਪਿੰਡ ਆਪਣੇ ਸ਼ਹਿਰ ਜਿੱਥੇ ਵੀ ਆਪਣੇ ਤੁਸੀਂ ਵੱਸਦੇ ਆ ਪੰਜਾਬ ਹੋਣ ਕਿਤੇ ਹੋਰ ਸਟੇਟ 'ਚ ਹੋਣ ਸਫਾਈ ਸ਼ੁਰੂ ਕਰੋ ਸਫਾਈ ਅਤੇ ਜਿਹੜਾ ਚੀਜ਼ ਜਿਹੜੀ ਕੋਈ ਬਦਲਣੀ ਆ ਚੇਂਜ ਕਰਨੀ ਆ ਪਹਿਲਾਂ ਤੁਸੀਂ ਚੇਂਜ ਹੋਵੋ ਜੇ ਤੁਸੀਂ ਰੋਜ਼ ਗਲਾਸੀਆਂ ਲਾਉਂਦੇ ਆ ਗਲਾਸੀਆਂ ਲਾ ਕੇ ਘਰ 'ਚ ਆਪਣੇ ਤੰਗੀ ਲਿਆਉਂਦੇ ਆ ਕੁੱਟ ਕਟਾਪਾ ਹੁੰਦਾ ਆ ਵੀ ਤੁਹਾਨੂੰ ਪਤਾ ਭਈ ਤੁਹਾਡੇ ਤੋਂ ਸ਼ਰਾਬ ਸ਼ਰੂਬ ਪੀ ਕੇ ਨਹੀਂ ਸਵਾਲ ਹੁੰਦੀ ਤੁਸੀਂ ਆਪਣੇ ਆਪ ਨੂੰ ਚੇਂਜ ਕਰੋ ਪਹਿਲਾਂ ਆਪਣੇ ਆਪ ਨੂੰ ਚੇਂਜ ਕਰਕੇ ਫਿਰ ਤੁਸੀਂ ਆਪਣਾ ਜਿਹੜਾ ਆਪਣੀ ਗਲੀਆਂ ਆਪਣੇ ਪਿੰਡ ਸਾਫ਼ ਕਰੋ ਸਾਨੂੰ ਦੱਸੋ ਵੀ ਵੱਡੇ ਤੌਰ 'ਤੇ ਅਸੀਂ ਤੁਹਾਡੇ ਨਾਲ ਕੀ ਕਰ ਸਕਦੇ ਹਾਂ ਪਰ ਮੇਰਾ ਇਹ ਮੈਸੇਜ ਆ
ਅਤੇ ਜਿੰਨੀਆਂ ਮਰਜ਼ੀਆਂ ਤੁਸੀਂ ਅੱਜ ਮੇਰਾ ਖਿਆਲ ਸਾਡੇ ਪੰਜਾਬ 'ਚ ਹੋਊਗੇ ਜਿਹੜੇ ਪਾਰਟੀਆਂ ਪੁਰਟੀਆਂ ਕਰੋਗੇ, ਕਿਉਂਕਿ ਪਾਰਟੀ ਪੁਰਟੀ ਕਰਨੀ ਨਹੀਂ ਚਾਹੀਦੀ ਅੱਜ ਕੱਲ੍ਹ। ਕਈ ਸੰਗਤ ਆ ਗੁਰਦੁਆਰੇ ਜਾ ਕੇ ਨਵਾਂ ਸਾਲ ਸ਼ੁਰੂ ਕਰਨਾ ਚਾਹੁੰਦੇ ਆ, ਉਹ ਵੀ ਮੁਸ਼ਕਿਲ ਆ ਕਿਉਂਕਿ ਕੋਵਿਡ ਕਰਕੇ। ਪਰ ਇੱਕ ਗੱਲ ਆ, ਜਿਹੜੇ ਪੰਜਾਬੀ ਅੱਜ ਸਾਡੇ ਨਾਲ ਪਿਆਰ ਕਰਦੇ ਆ, ਪੰਜਾਬੀ ਮੋਰਚੇ ਨਾਲ ਆ, ਜਿਹੜਾ ਇਸ ਵੇਲੇ ਜਿਹੜਾ ਕਿਸਾਨ ਮੋਰਚਾ ਸੋਰੀ ਜਿਹੜਾ ਜਿਹਦੇ ਨਾਲ ਜੁੜਿਓ ਆ, ਤੁਸੀਂ ਇੱਕ ਆਪਣੀ ਚੇਂਜ ਬਦਲੋ, ਇੱਕ ਚੀਜ਼ ਬਦਲੋ ਵੀ ਅੱਜ ਤੋਂ ਮੈਂ ਨਸ਼ਾ ਨਹੀਂ ਕਰਨਾ, ਅਤੇ ਨਸ਼ਾ ਖਾਣਾ ਪੀਣਾ ਇੱਦਾਂ ਦੇ ਬੰਦ ਕਰੋ। ਅਤੇ ਜਿਹੜੇ ਵੀ ਇਨਸਾਨੀਅਤ ਤੌਰ 'ਤੇ ਤੁਰਨਾ, ਤੁਸੀਂ ਆਪ ਜਾ ਕੇ ਦੇਖ ਲਓ, ਭਈ ਗੁਰਦੁਆਰੇ ਜਾ ਕੇ ਦੇਖ ਲਓ, ਭਈ ਦਿਨ ਦਿਹਾੜੀ ਸਰਬੱਤ ਭਲੇ ਦਾ ਅਤੇ ਅਰਦਾਸਾਂ ਹੁੰਦੀਆਂ। ਅਤੇ ਜਿਹੜੇ ਤੁਹਾਡੇ ਪਿੰਡ 'ਚ ਰਹਿੰਦੇ ਆ, ਜਿਹੜਾ ਮਰਜ਼ੀ ਧਰਮ ਹੋਵੇ, ਜਿਹੜਾ ਗਰੀਬ, ਇਹ ਬੜੀ ਬਦਕਿਸਮਤੀ ਸਾਡੀ ਆ ਵੀ ਗੁਰੂ ਗ੍ਰੰਥ ਸਾਹਿਬ ਜੀ ਪੰਜ ਪੰਜ ਦਸ ਦਸ ਗੁਰਦੁਆਰੇ ਪਿੰਡ 'ਚ ਬੜੇ ਹੋ ਆ, ਜਾਤਾਂ ਪਾਤਾਂ ਦੇ ਬਣਾਏ ਗਏ, ਪਰ ਗੁਰੂ ਗ੍ਰੰਥ ਸਾਹਿਬ ਜੀ ਤਾਂ ਸੇਮ ਹੀ ਆ, ਉਹੀ ਆ, ਸਿਰਫ ਡਿਫਰੈਂਟ ਆ। ਸਾਨੂੰ ਜਾਤਾਂ ਪਾਤਾਂ ਨੇ ਖਾ ਲਿਆ, ਮੈਨੂੰ ਪਤਾ ਜਾਤ ਪਾਤ ਅਸੀਂ ਕਰ ਨਹੀਂ ਸਕਦੇ, ਪਰ ਇੱਕ ਚੀਜ਼ ਜ਼ਰੂਰ ਤੁਸੀਂ ਕਰ ਸਕਦੇ, ਇੱਕ ਦੂਜੇ ਦੀ ਤੁਸੀਂ ਇੱਜ਼ਤ ਕਰ ਸਕਦੇ, ਇੱਕ ਦੂਜੇ ਦੀ ਰਿਸਪੈਕਟ ਕਰ ਸਕਦੇ ਹਾਂ। ਇਹ ਨਹੀਂ ਭਈ ਜਾ ਕੇ ਕਿਸੇ ਨੂੰ ਮਾੜਾ ਬੋਲਣਾ, ਕਿਉਂਕਿ ਉਹਦੀ ਜਾਤ ਧਰ ਤੁਸੀਂ ਸਮਝਦੇ ਜਾਂ ਨੀਵੀਂ ਆ ਜਾਂ ਤੁਸੀਂ ਜ਼ਿਆਦਾ ਵੱਡੇ ਆ। ਜਦੋਂ ਤੁਸੀਂ ਹਰ ਗਰੀਬ ਦਾ ਬਰਾਬਰ ਸੋਚਣ ਲੱਗ ਪਏ, ਭਈ ਮੈਂ ਹਰ ਗਰੀਬ ਦਾ ਬਰਾਬਰ ਹਾਂ, ਹੁਣ ਅਸੀਂ ਖਾਲਸਾ ਦੇ ਵਿੱਚ ਹਾਂ, ਮਿਲੀਅਨਸ ਮਿਲੀਅਨਸ ਡੋਲਰ ਪਾਉਣ ਸਾਰੀ ਦੁਨੀਆ 'ਚੋਂ ਆ ਰਹੇ ਆ, ਸਾਰੇ ਪਾਸੇ ਆਸਟ੍ਰੇਲੀਆ, ਅਮਰੀਕਾ, ਕਨੇਡਾ, UK ਵਿੱਚ, ਇਹਦਾ ਮਤਲਬ ਵੀ ਅਸੀਂ ਵੀ ਇਸ ਨਸ਼ੇ ਦੇ ਵਿੱਚ ਡੁੱਬ ਜਾਈਏ, ਵੀ ਪਾਵਰ ਆ, ਅਸੀਂ ਕਿੰਨੇ ਤਕੜੇ ਬਣ ਗਏ ਹਾਂ, ਅਸੀਂ ਕਿੰਨੇ ਫੇਮਸ ਬਣ, ਹਾਂ ਅਸੀਂ ਤੁਹਾਡੇ ਬਰਾਬਰ ਹਾਂ, ਤੁਹਾਡੇ ਪੈਰਾਂ ਵਰਗੇ ਹਾਂ। ਸੋ ਜਿਹੜੇ ਵੀ ਸਾਡੇ ਪਿੰਡਾਂ ਦੇ ਵਿੱਚ ਰਹਿੰਦੇ ਆ, ਸਾਡੇ ਬਹੁਤ ਅਮੀਰ ਸਿੱਖ ਹੈਗੇ ਆ, ਅਮੀਰ ਪੰਜਾਬੀ ਹੈਗੇ ਆ, ਤੁਸੀਂ ਬਦਲੋ, ਤੁਸੀਂ ਆਪਣੀ ਆਦਤ ਆਪਣੀ ਸੋਚ ਬਦਲੋ, ਵੀ ਹਰ ਇੱਕ ਪਿੰਡ ਵਾਲਾ ਤੁਹਾਡਾ ਵਾਸੀ, ਤੁਹਾਡਾ ਭੈਣ ਭਰਾ ਆ, ਗਰੀਬ ਹੋਵੇ ਉਹਦੇ ਬੱਚੇ ਪੜ੍ਹਾਓ, ਉਹਦਾ ਹੱਥ ਫੜੋ, ਕੋਈ ਬਿਮਾਰ ਆ ਹਾਲ ਚਾਲ ਪੁੱਛੋ। ਇਹ ਨਾ ਆਪਣੀ, ਮੈਂ ਜਦੋਂ ਪੰਜਾਬ ਜਾਂਦਾ, ਇੱਕ ਬੜੀ ਮੈਨੂੰ ਦੁੱਖ ਲੱਗਦਾ, ਜਦੋਂ ਤੁਹਾਡੇ ਉੱਥੇ ਤੁਸੀਂ ਕੋਈ ਨੌਕਰ ਰੱਖੇ ਹੁੰਦੇ ਆ, ਤੁਸੀਂ ਨੌਕਰਾਂ ਨੂੰ ਇੱਦਾਂ ਪੈਂਦੇ ਜਿੱਦਾਂ ਨੌਕਰ ਕੁੱਤੇ ਤੋਂ ਵੀ ਮਾੜਾ ਹੁੰਦਾ। ਆਪਣੀ ਜਿਹੜੀ ਨਾ ਸਾਡੇ ਵਰਗੇ ਬਾਹਰੋਂ ਜਾਂਦੇ ਆ, ਦੇਖ ਕੇ ਬੜਾ ਦਿਲ ਟੁੱਟਦਾ ਵੀ ਤੁਹਾਡੀ ਇਨਸਾਨੀਅਤ ਕਿੱਥੇ ਗਈ। ਤੁਸੀਂ ਕੋਈ ਕੋਈ ਬੀਬੀ ਨੂੰ, ਕੋਈ ਬੱਚੇ ਨੂੰ, ਕੋਈ ਕੁੜੀ ਨੂੰ, ਤੁਸੀਂ ਲੇਡੀ ਨੂੰ, ਔਰਤ ਨੂੰ ਇੱਦਾਂ ਮਾੜਾ ਬੋਲਦੇ ਜਾਂ ਬੰਦੇ ਨੂੰ, ਕਿਉਂਕਿ ਤੁਹਾਡਾ ਨੌਕਰ ਆ, ਤੁਸੀਂ ਕਿਹਦੇ ਨੌਕਰ ਆ? ਤੁਸੀਂ ਆਪਣੀ ਸੋਚ ਬਦਲੋ। ਇੱਦਾਂ ਦੀਆਂ ਚੀਜ਼ਾਂ ਨਾ ਨਿੱਕੀਆਂ ਨਿੱਕੀਆਂ ਪਰ ਬਦਲੀਆਂ ਬਹੁਤ ਬਹੁਤ ਜ਼ਰੂਰੀ ਆ। ਹੁਣ ਜਿਵੇਂ ਤੁਸੀਂ ਮੈਨੂੰ ਆਪਣੇ ਘਰ ਸੱਦਿਆ, ਅਤੇ ਤੁਸੀਂ ਨੌਕਰ ਨੂੰ ਇੱਦਾਂ ਮਾੜਾ ਬੋਲੋਗੇ, ਕੁੱਤਿਆਂ ਵਾਂਗੂ ਪੈਂਦੇ ਹੁੰਦੇ, ਮੈਂ ਤੁਹਾਨੂੰ ਪਹਿਲਾਂ ਕਹਿ ਦੇਣਾ ਤੁਹਾਡੇ ਘਰ ਅਸੀਂ ਚਾਹ ਨਹੀਂ ਪੀਣੀ। ਕੋਈ ਨੌਕਰੀ ਕਰਦਾ, ਕੋਈ ਗਰੀਬ ਆ, ਉਹ ਆਪਣਾ ਢਿੱਡ ਭਰਦਾ, ਆਪਣੇ ਬੱਚਿਆਂ ਢਿੱਡ ਭਰਦਾ, ਉੱਪਰੋਂ ਤੁਸੀਂ ਆਪਣਾ ਰੋਹ ਦਿਖਾਲਦੇ। ਸੋ ਸਾਡੇ ਵਿੱਚ ਬਹੁਤ ਚੇਂਜਿਸ ਲਿਆਉਣ ਦੀ ਚੀਜ਼ ਆ। ਪਰ ਜਿਹੜਾ ਹੁਣ ਮੈਂ ਆਖਰੀ 2020 ਦੇ ਵਿੱਚ ਦੇਖੋ, ਹੁਣ ਪਿਛਲੇ 2 ਮਹੀਨਾ ਸਪੈਸ਼ਲੀ ਇੱਕ ਜਿਹੜਾ ਬਹੁਤ ਵੱਡਾ ਰੈਵੋਲਿਊਸ਼ਨ ਆ ਗਿਆ, ਜਿਹੜੀ ਗੱਲ ਕੀਤੀ ਮੈਂ ਦਿੱਲੀ ਦੇ ਵਿੱਚ, ਇਹ ਕਦੀ ਸੋਚਿਆ ਨਹੀਂ ਸੀਗਾ। ਸੋ ਸਾਡੇ ਵੱਲੋਂ ਸਾਰੇ ਜਿਹੜੇ ਉੱਥੇ ਇਸ ਵੇਲੇ ਕਿਸਾਨ ਇੰਡੀਆ ਦੇ ਆ, ਇਕੱਲੇ ਪੰਜਾਬੀ ਨਹੀਂ, ਉਹਦੇ ਲਈ ਬਹੁਤ ਸਤਿਕਾਰ ਆ, ਕਿਉਂਕਿ ਕਿਸਾਨ 70% ਕਿਸਾਨ ਇੰਡੀਆ ਦੇ ਵਿੱਚ ਛੋਟੇ ਛੋਟੇ ਕਿਸਾਨ ਆ, ਵੱਡੇ ਕੋਈ ਨਹੀਂ, ਉਹਦੇ ਖੂਨ ਪੀਣ ਵਾਲੇ ਵੱਡੇ ਵੱਡੇ ਹੈਗੇ ਆ ਕਿਸਾਨ, ਪਰ ਜਿਹੜੇ ਨਿੱਕੇ ਨਿੱਕੇ ਕਿਸਾਨ ਆ ਉਹਦਾ ਸਤਿਕਾਰ ਕਰਦੇ। ਲੰਗਰ ਸਾਰਿਆਂ ਲਈ ਆ, UP ਤੋਂ ਹੋਵੇ, ਰਾਜਸਥਾਨ ਤੋਂ ਹੋਵੇ, ਪੰਜਾਬ ਤੋਂ ਹੋਵੇ, ਹੁਣ ਸਾਰੇ ਦੇਖੋ ਇੱਕ ਬਰਾਬਰ ਥਾਂ 'ਤੇ ਬੈਠੇ ਹਾਂ। ਇਹਦੇ ਵਿੱਚੋਂ ਸਿੱਖੋ ਤੁਸੀਂ, ਅਸੀਂ ਸਿੱਖ ਹਾਂ, ਸਿੱਖ ਰੋਜ਼ ਸਿੱਖਦੇ ਹਾਂ, ਇਹ ਸਿੱਖੋ ਵੀ ਜੇ ਤੁਸੀਂ ਉੱਥੇ ਜਾ ਕੇ ਮਯਾਰੇ ਧਰਨੇ ਵਿੱਚ ਜਾ ਕੇ ਦਿੱਲੀ 'ਚ ਇੱਕ ਦੂਜੇ ਨਾਲ ਰਹਿ ਸਕਦੇ ਹਾਂ, ਕੋਈ ਜਾਤ ਨਹੀਂ ਪੁੱਛਦਾ, ਕੋਈ ਪਾਤ ਨਹੀਂ ਪੁੱਛਦਾ, ਕੋਈ ਧਰ ਨਹੀਂ ਪੁੱਛਦਾ, ਵੀ ਜਦੋਂ ਤੁਸੀਂ ਪਿੰਡ ਵਾਪਸ ਜਾਓਗੇ, ਪਿੰਡ ਵੀ ਇਹੀ ਕਰੋ, ਜਦੋਂ ਗੁਰਪੁਰਬ ਹੁੰਦਾ ਖੁਸ਼ੀ ਨਾਲ ਸਾਰੇ ਪਾਸੇ ਮਠਿਆਈ ਵੰਡੋ, ਤੁਸੀਂ ਸਾਰੇ ਪਿੰਡ ਆਪਣੇ ਚੱਕ ਸਕਦੇ ਹਾਂ। ਹੁਣ ਜਿਹੜਾ ਧਰਨੇ ਦੀ ਗੱਲ ਆ ਗਈ ਮੁੜ ਮੁੜ ਕੇ, ਇੱਕ ਧਰਨਾ ਜਿਹੜਾ ਇੱਕ ਇਗਜ਼ਾਮਪਲ ਬਣ ਗਿਆ, ਇੱਕ ਬਹੁਤ ਵੱਡੀ ਇਨਸਾਨੀਅਤ ਤੌਰ 'ਤੇ ਮੂਵਮੈਂਟ ਬਣ ਗਈ ਆ, ਇੱਥੇ ਸਾਰੇ ਇਹਨਾਂ ਸਤਿਕਾਰ, ਕਦੀ ਸੋਚਿਆ ਨਹੀਂ ਕਿਸੇ ਨੇ ਭਈ ਇੱਕ ਪਾਸੇ ਤਾਂ ਇੰਨੀ ਵੱਡਾ ਇਨਕਲਾਬ ਆਊਗਾ ਕਿਸਾਨਾਂ ਦਾ, ਅਤੇ ਦੂਜੇ ਪਾਸੇ ਇੱਕ ਨਿੱਕਾ ਜਿਹਾ ਸ਼ਹਿਰ ਹੀ ਬਣ ਜੂਗਾ। ਉਹ ਇਹਦਾ ਮੇਰੇ ਖਿਆਲ ਸ਼ਹਿਰ ਦਾ ਜਿਹੜਾ ਪਿੰਡ ਹੀ ਰੱਖਣਾ ਚਾਹੀਦਾ, ਇਹਦਾ ਨਾਂ ਹੀ ਰੱਖਣਾ ਚਾਹੀਦਾ ਭਈ ਇਹਦਾ, ਭਈ ਕੋਈ ਪਿਆਰ ਵਾਲਾ ਨਾਂ, ਕਿਉਂਕਿ ਹੁਣ ਪਿਆਰ ਹੀ ਪਿਆਰ ਉੱਥੇ ਆ, ਸਾਰਿਆਂ ਲਈ ਰਿਸਪੈਕਟ ਆ, ਕਿਸੇ ਨੂੰ ਕੋਈ ਮਾੜਾ ਨਹੀਂ ਬੋਲਦਾ। ਜਿੱਦਾਂ ਮੈਂ ਪਹਿਲਾਂ ਕਿਹਾ ਸੀ, ਇੱਕ ਪਾਸੇ ਹਰਿਆਣਵੀ ਹੁੱਕਾ ਪੀਂਦੇ, ਦੂਜੇ ਪਾਸੇ ਸਾਡੇ ਖਾਲਸੇ ਚਾਹ ਪੀ ਰਹੇ ਆ, ਪਾਠ ਕਰ ਰਹੇ ਆ, ਤੀਜੇ ਪਾਸੇ ਸਾਡੇ ਮੁਸਲਮਾਨ ਭਰਾ ਜਲੇਬੀਆਂ ਮਿਠਾਈ ਬਣਾ ਰਹੇ ਆ, ਤੁਸੀਂ ਇੱਕ ਲਹਿਰ ਬਣਾ ਦਿੱਤੀ ਆ।
ਸੋ ਤੁਹਾਡਾ ਬਹੁਤ ਧੰਨਵਾਦ ਹਰ ਇੱਕ ਵਾਲੰਟੀਅਰ ਦਾ, ਹਰ ਇੱਕ ਸੇਵਾਦਾਰ ਦਾ, ਖਾਲਸੇਟ ਦਾ। ਫਿਕਰ ਨਾ ਕਰੋ ਸਾਡੇ ਉੱਪਰ ਇਲਜ਼ਾਮ ਲੱਗਣੇ, ਇਹ ਸਾਡੇ ਕਿਸਮਤ 'ਚ ਲਿਖਿਆ ਆ ਭਈ ਜਦੋਂ ਵੀ ਸਿੱਖ ਕੋਈ ਮੋਹਰੇ ਹੁੰਦੇ ਆ ਤਾਂ ਸਾਡੇ ਉੱਪਰ ਇੱਦਾਂ ਦੇ ਅਟੈਕ ਹੋਣੇ ਆ। ਪਰ ਜਿਹੜੇ ਅਟੈਕ ਹੁੰਦੇ ਆ ਉਹਦਾ ਪੋਜ਼ੀਟਿਵ ਨਿਕਲਦਾ, ਨੈਗੇਟਿਵ ਨਹੀਂ। ਤਾਂ ਮੈਨੂੰ ਫਿਕਰ ਨਹੀਂ ਹੁੰਦਾ, ਮੈਨੂੰ ਪਤਾ ਸਾਰੀ ਦੁਨੀਆ ਸਾਡੇ ਨਾਲ ਆ, ਜੋ ਮਰਜ਼ੀ ਜੋੜ ਲੱਗਣ। ਸੋ ਸਾਡੀ ਇਹੀ ਬੇਨਤੀ ਆ, ਚੜ੍ਹਦੀ ਕਲਾ 'ਚ ਰਹੋ। ਜਿੱਦਾਂ ਹੁਣ ਤੁਸੀਂ 2020 ਦੇ ਵਿੱਚ ਮੁਸੀਬਤਾਂ ਦੇਖੀਆਂ, ਬਹੁਤ ਮਾੜਾ ਸਮਾਂ ਦੇਖਿਆ, ਹੁਣ 2021 ਵੀ ਅਰਦਾਸ ਕਰਕੇ ਸ਼ੁਰੂ ਕਰੋ ਭਈ ਤੁਹਾਨੂੰ ਵੀ ਸਾਰਿਆਂ ਨੂੰ ਗੁਰੂ ਸਾਹਿਬ ਇਨਸਾਨੀਅਤ ਦਾ ਅਤੇ ਪਿਆਰ ਦਾ ਬਲ ਬਖਸ਼ਣ, ਅਤੇ ਇੱਕ ਦੂਜੇ ਦਾ ਤੁਸੀਂ ਸਪੋਰਟ ਕਰਨਾ ਪਿੰਡਾਂ ਦੇ ਵਿੱਚ। ਜਾਤ ਪਾਤ ਸਾਰਾ ਕੁਛ ਤੁਸੀਂ ਫਿਨਿਸ਼ ਕਰ ਸਕਦੇ, ਪਰ ਤੁਸੀਂ ਕਦਮ ਚੱਕੋ, ਜੇ ਸਾਡੀ ਲੋੜ ਹੈ ਤੁਹਾਨੂੰ ਹਾਜ਼ਰ ਹਾਂ। ਸੋ ਹਰ ਇੱਕ ਵਾਲੰਟੀਅਰ ਦਾ, ਜਿਹੜਾ ਮਰਜ਼ੀ ਸੇਵਾਦਾਰ ਹੋਵੇ, ਇਕੱਲਾ ਖਾਲਸਾ ਐਡ ਦਾ ਨਹੀਂ, ਜਿੰਨੇ ਵੀ ਸੇਵਾਦਾਰ ਲੱਗੇ ਹੋਆ ਮੋਰਚੇ 'ਤੇ, ਪਿੰਡਾਂ ਤੋਂ ਆ ਕੇ, ਸ਼ਹਿਰਾਂ ਤੋਂ ਆ ਕੇ, ਸਟੇਟਾਂ ਤੋਂ ਆ ਕੇ, ਦੇਸ਼ਾਂ ਪ੍ਰਦੇਸ਼ਾਂ ਤੋਂ ਆ ਕੇ ਦਿਨ ਦਿਹਾੜੀ ਸੇਵਾ ਕਰ ਰਹੇ, ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ। ਤੁਸੀਂ ਇਹ ਧਰਨੇ ਦੀ, ਇਹ ਮੁਜ਼ਾਹਰੇ ਦੀ ਇੱਕ ਰੀੜ੍ਹ ਦੀ ਹੱਡੀ ਆ। ਅਤੇ ਸਾਡੀ ਸਾਰੀ ਟੀਮ ਦਾ, ਇੰਡੀਆ ਖਾਲਸਾ ਇੰਡੀਆ ਟੀਮ, ਇਸ ਵੇਲੇ ਜਿਹੜੇ ਭਈ ਬਹੁਤ ਮਾੜੀ ਨਿਗਾਹ ਥੱਲੇ ਆ ਉਹਨਾਂ ਦੀ, ਏਜੰਸੀਆਂ ਦੇ ਝੂਠੇ ਇਲਜ਼ਾਮ ਲਾ ਕੇ, ਉਹਨਾਂ ਨੂੰ ਅਸੀਂ ਫਤਿਹ ਬੁਲਾਉਂਦੇ ਹਾਂ ਭਈ ਚੜ੍ਹਦੀ ਕਲਾ ਰਹੋ, ਕਿਉਂਕਿ ਤੁਸੀਂ ਬਹੁਤ ਹੀ ਇੱਕ ਇਤਿਹਾਸਕ ਕਦਮ ਚੱਕਿਆ ਅਤੇ ਇਤਿਹਾਸਕ ਬਣਾ ਰਹੇ, ਤੁਸੀਂ ਇਤਿਹਾਸ ਬਣਾ ਰਹੇ ਹਾਂ। ਸੋ ਚੜ੍ਹਦੀ ਕਲਾ 'ਚ ਰਹੋ, ਅਤੇ ਜਿਹੜਾ ਸਾਡਾ ਕੋਨਸੈਪਟ ਹੈਗਾ ਦੇਖ ਦੇਖ ਫਤਿਹ, ਉਹ ਬਿਲਕੁਲ ਜਾਰੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।